डेमो करके दिखाने गए। लै भाई लाया भाई एक बोतल लिया तो एक गिलास ये सोहल वाले रीपर के उपर रख दिया। रीपर चले तो कहते जो दोनों चीज़ों को एक चीज़ भी डिग पीना कहते बंदे रीपर फ्री जो किसी ने वो करता तो आजे सामने आ चलाई देख लो इन्नी ज़्यादा समूथ आ गई। तो हूँ आप बाई हो गलबात कर देंगे ये बारे। तो जी गऊशाला की गऊशाला एक बंद पेट्रोल पंप पिया गा बहुत पुराना मान लो धनौले गऊशाला गऊशाला के सामने जावा ना सोहल एग्रो इंडस्ट्री आ जाती है कि धनौले। परि सत श्रीकाल मैं थोड़ा अपना सुखी शेरगिल पिंड हरियाणा जिला बरनला। दोस्तों जिवें तुसीं वीडियो बनाउण तों पहलां देख ही लिया मूहरले उस दे विच भी बाई होरां ने ना ट्रैक्टर के मगर पाया होयागा सोहल वालियां दा करचा रीपर बाई जिहदा हैवी गेयर आ स्टीली गेयर ते गेयर वगैरह ने जिहड़े सारे इन्हां कोले इत्थे वर्कशाप दे विच आपदे कोले बणदे आगे। ते मेरे नाल बाई लखा गा आपां इहदे नाल गल्लबात करदे आंगे। लखे भाई की हाल ने? ठीक है जी वधिया। होर चढ़दी कला? ते बाई आपां ना वीरां नूं दिखाया गा भी इहदे उत्ते जिवें ਗਲਾਸ ਰੱਖਦਾ ਸੀ ਬੋਤਲ ਰੱਖਦੀ ਸੀ ਹਨਾ ਵੀ ਕਈ ਵਾਰ ਕਰਚੇ ਵੱਢਦੇ ਟਾਈਮ ਬੰਦਾ ਥੱਕਿਆ ਥੁੱਕਿਆ ਵੱਧ ਹੁੰਦਾ ਵੀ ਕਿਤੇ ਪਾਣੀ ਦਾ ਗਲਾਸ ਜਾਂ ਬੋਤਲ ਉਹਦਾ ਨਹੀਂ ਹੁੰਦੀ ਹਨਾ ਨਾ ਨਾ ਵਾਈਬ੍ਰੇਸ਼ਨ ਨਹੀਂ ਕਰੂਗਾ ਵਾਈਬ੍ਰੇਸ਼ਨ ਨਹੀਂ ਕਰਦਾ ਹਨਾ ਤੇ ਇਹਦੇ ਗੇਅਰ ਬਾਰੇ ਜਾਣਕਾਰੀ ਦਿਓ ਬਈ ਇਹਦਾ ਗੇਅਰ ਆਪਣੇ ਇੱਥੇ ਬਣਾਉਣੇ ਆਗੇ ਹਾਂ ਜੀ ਆਪ ਬਣਾਉਣਾ ਠੀਕ ਆ ਇਹਦੇ ਕੀ ਖਾਸੀਅਤ ਆ ਬਈ ਇਹਦੇ ਗੇਅਰ ਦੇ ਵਿੱਚ ਇਹਦੇ ਗੇਅਰ ਦੇ 12 ਨੰਬਰ ਬੈਰਿੰਗ ਮੋਟੀ ਸਾਫਟ ਕਰਤੀ ਮੂਹਰੇ 11 ਨੰਬਰ ਅੱਛਾ ਬਾਈ ਹਾਂ ਜੀ ਹਾਂ ਬਾਕੀ ਇਹਦੇ 11 ਲੀਟਰ ਤੇਲ ਪੈ ਜਾਂਦਾ ਇਹ 11 ਲੀਟਰ ਤੇਲ ਹੈ 11 ਲੀਟਰ ਤੇਲ ਪੈਂਦਾ ਠੀਕ ਹੈ ਬਾਈ ਤੇ ਜਿਵੇਂ ਕਈ ਵਾਰ ਨਾ ਮੈਂ ਕਰਚੇ ਵੱਢਦੇ ਦੇਖਿਆ ਜਿਵੇਂ ਆਪਦੇ ਖੇਤਾਂ ਦੇ ਵਿੱਚ ਵੀ ਸਮੱਸਿਆ ਆ ਜਾਂਦੀ ਜੀ ਵੀ ਇਹਦੇ ਆਹ ਟੁੱਟਣ ਦੀ ਵਾਲੀ ਸਮੱਸਿਆ ਆਉਂਦੀ ਜੀ ਨਹੀਂ ਇਹਦੇ ਨਹੀਂ ਆਊਗੀ ਜਮੀ ਟੁੱਟਣ ਦੀ ਸਮੱਸਿਆ ਨਹੀਂ ਆਉਂਦੀ ਵੀ ਜਿਆਦਾ ਮਜ਼ਬੂਤੀ ਵਾਲਾ ਵੈਸੇ ਤਾਂ ਮਸ਼ੀਨਰੀ ਨੂੰ ਚਲ ਕੁਝ ਵੀ ਹੋ ਸਕਦਾ ਹੈ ਪਰ ਵੀ ਜਿਵੇਂ ਆਪਾਂ ਕਹੀ ਵੀ ਆਪਦੇ ਵੱਲੋਂ ਇੱਕ ਮਜ਼ਬੂਤੀ ਹੁੰਦੀ ਹੈ ਵੀ ਉਹ ਕਰਤੀ ਪੂਰੀ ਹੈ ਹਾਂ ਜੀ ਹਾਂ ਠੀਕ ਆ ਤੇ ਬਈ ਇਹ ਇੱਕ ਆਹ ਕੀ ਇਹਦੇ ਨੰਬਰ ਜੇ ਲਾਏ ਵੇ ਨੇ ਕੀ ਇਹਦਾ ਕੀ ਮਤਲਬ ਆ ਕੀ ਕਰਿਆ ਵੇ ਇਹ ਆਪਣੇ ਪਾਸ ਆਏਗਾ ਆਪਣਾ ਸਬਸਿਡੀ ਆਊਗੀ ਅੱਛਾ ਇਹ ਨੰਬਰ ਪੈਂਦਾਗਾ ਅੱਛਾ ਸਬਸਿਡੀ ਵਾਲਾ ਨੰਬਰ ਹੈ ਹਾਂਜੀ ਹਾਂਜੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਸਬਸਿਡੀ ਵਾਲਾ ਨੰਬਰ ਤਾਂ ਮੈਂ ਵੀ ਆਖਿਆ ਮੈਂ ਪਤਾ ਨਹੀਂ ਪਤੰਦਰਾਂ ਨੇ ਕੀ ਆ ਉਹਦਾ ਬਾਰਕੋਡ ਜਿਹਾ ਲਾਇਆ ਪਿਆਗਾ ਸਾਰਾ ਹੋਵੇਗਾ ਠੀਕ ਹੈ ਸਿਹਦਾ ਬਾਈ ਹੈ ਤੇ ਆਪਾਂ ਵੀਰਾਂ ਨੂੰ ਬਣਦੇ ਦਿਖਾ ਦਈਏ ਬਾਈ ਜਿਹੜੇ ਆਪਣੇ ਬਣੀ ਜਾਂਦੇ ਆ ਹਨਾ ਤੇ ਆ ਜਾਓ ਬਾਈ ਨਾਲ ਸੂ ਆਪਾਂ ਦਿਖਾਉਣੇ ਆ ਵੀ ਕਿਵੇਂ ਬਾਈ ਹੋਰਿਆਂ ਦੇ ਕੋਲੇ ਜਿਹੜੇ ਇਹ ਕਰਚਾ ਰੀਪਰ ਨੇ ਇਹ ਬਣਦੇ ਨੇ ਤੇ ਲੱਖੇ ਬਾਈ ਛੋਟੀ ਡਿਊਟੀ ਦਾ ਖਾਸ ਗੇਰਾਂ ਦੀ ਆ ਗੇਰਾਂ ਦੀ ਆ ਬਾਈ ਗੇਰਾਂ ਦਾ ਕੰਮ ਮੈਂ ਤੁਹਾਨੂੰ ਦੱਸਦਾ ਜਿਹੜਾ ਕੰਪਨੀ ਦਾ ਮਾਲਕ ਆ ਨਾ ਬਾਈ ਲਖਵਿੰਦਰ ਸਿੰਘ ਲੱਖਾ ਤੇ ਇਹਨਾਂ ਵੱਲੋਂ ਆ ਬਣਾਏ ਜਾਂਦੇ ਹੈਗੇ ਤੇ ਆ ਬਾਈ ਇਹਨਾਂ ਦੇ ਇੱਧਰ ਜਿਹੜੇ ਕਰਚਾ ਰੀਪਰ ਨੇਗੇ ਉਹ ਬਣੀ ਜਾਂਦੇ ਹੈਗੇ ਆਇਆ ਲੱਖੇ ਬਾਈ ਨਾਲ ਹੀ ਤੇ ਇੱਧਰ ਵੀਰ ਹੋਰਾਂ ਵੱਲੋਂ ਇਸ ਤਰੀਕੇ ਵੈਲਡਿੰਗ ਹੁੰਦੀ ਆ ਬਾਈ ਇਹ ਕੋਈ ਖਾਸ ਪ੍ਰਕਾਰ ਦੀ ਵੈਲਡਿੰਗ ਹੈ ਇਹ ਵੈਲਡ ਨਹੀਂ ਹੈਗੀ ਇਹ ਕੱਟ ਦਿੰਦਾਗਾ ਅੱਛਾ ਕੱਟ ਦਿੰਦਾਗਾ ਅੱਛਾ ਅੱਛਾ ਗੈਸ ਕਟਰ ਹੈ ਠੀਕ ਹੈ ਮੈਂ ਤਾਂ ਆਪਦੇ ਹਿਸਾਬ ਤੇ ਲਾ ਲਿਆ ਮੈਂ ਕਿਤੇ ਵੀ ਉਹ ਹੈ ਠੀਕ ਆ ਇਹ ਸਾਰਾ ਸਿਸਟਮ ਇੱਧਰ ਮਿੱਤਰੋ ਬਣਨਾ ਸ਼ੁਰੂ ਹੋ ਜਾਂਦਾਗਾ ਤੇ ਇਹਦੇ ਵਾਸਤੇ ਬਾਈ ਤੁਹਾਡੇ ਕੋਲ ਬੁਕਿੰਗ ਕਰਾਉਣੀ ਪਊ ਜਾਂ ਕਿਵੇਂ ਬਾਈ ਹਾਂ ਬੁੱਕ ਕਰਾਉਣਾ ਬਾਈ ਅੱਛਾ ਬੁੱਕ ਕਰਾਉਣਾ ਪਊਗਾ ਕਰਾਉਣਾ ਪਊ ਬਾਕੀ ਸਾਫਟਾਂ ਨੇ ਅੱਛਾ ਬਾਈ ਹਾਂਜੀ ਹਾਂ ਸਾਫਟਾਂ ਸਾਰੀਆਂ ਨਵੀਆਂ ਬਾਕੀ ਥੱਲੇ ਟੇਪਰ ਬੋਸ ਪਊਗਾ ਠੀਕ ਹੈ ਜੀ ਸਾਫਟ ਨਹੀਂ ਹੋ ਥੱਲੇ ਠੀਕ ਹੈ ਬਾਈ ਜਿਵੇਂ ਥੱਲੇ ਦਾਤੀ ਦੇ ਵਿੱਚ ਕੰਪਲੀਨ ਇਹਦੇ ਹਾਂ 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 ਇਹਦੇ ਵਾਸਤੇ ਉਹ ਐ ਨਹੀਂ ਕਰੂਗਾ ਅੱਛਾ ਵੀ ਉਹ ਹੱਲੂ ਨਹੀਂ ਹੱਲੂ ਨਹੀਂ ਠੀਕ ਆ ਬਾਈ ਤੇ ਜਿਹੜਾ ਗੇਅਰ ਵਗੈਰਾ ਦਾ ਕਿੱਥੇ ਬਣਾਉਣੇ ਹੋ ਬਾਈ ਦਿਖਾ ਸਕਦੇ ਆਪਾਂ ਤੇ ਕਿਉਂ ਐ ਹੁੰਦਾ ਬਾਈ ਜਿਹੜੇ ਵੀ ਵੀਰ ਨੇ ਆਪਣੇ ਨੇ ਚੀਜ਼ ਲੈਣੀ ਆ ਹਨਾ ਤਾਂ ਆਪਣੇ ਕਿਸਾਨ ਵੀਰਾਂ ਨੂੰ ਆਪਾਂ ਮੇਨ ਆਪਣੀ ਚੀਜ਼ ਦਿਖਾ ਦਈਏ ਵੀ ਆਹ ਉਹ ਹੈ ਅੱਛਾ ਆਹ ਗੇਅਰ ਬਣ ਰਹੇ ਨੇ ਬਾਈ ਇਹਦੇ ਇਹ ਸਾਰੀ ਬਾਡੀ ਆਪ ਤਿਆਰ ਕਰਦੇ ਹੋ ਠੀਕ ਆ ਬਾਈ ਤੇ ਉਸ ਤੋਂ ਬਾਅਦ ਇਧਰਲੇ ਪਾਸੇ ਫਿਟਿੰਗ ਵਾਲਾ ਬਾਈ ਇੱਥੇ ਫਿਟਿੰਗ ਹੁੰਦੀ ਹੈ ਅੱਛਾ ਆਹ ਉਹ ਰਿਹੋ ਕਰ ਰਹੇ ਹੋ ਹੈ ਠੀਕ ਆ ਬਾਈ ਮਿੱਤਰੋ ਇਸ ਤਰੀਕੇ ਨਾਲ ਬਾਈ ਹੁਰੀ ਗੇਅਰ ਤਿਆਰ ਆਹ ਸਾਰੇ ਤਿਆਰ ਹੋਏ ਵੀ ਹੈਗੇ ਤਿਆਰ ਹੋਏ ਆ ਠੀਕ ਹੈ ਬਾਈ ਆਹ ਸਾਰੇ ਗੇਅਰ ਤਿਆਰ ਹੋਏ ਵੇ ਨੇ ਵੈਸੇ ਵੀ ਜਿਹੜੇ ਆਪਣੇ ਵੀਰਾਂ ਨੇ ਮੇਰੀਆਂ ਪਹਿਲੀਆਂ ਵੀਡੀਓ ਦੇਖੀਆਂ ਨੇ ਹਨਾ ਆਪਾਂ ਇਹਨਾਂ ਦੇ ਗੇਅਰਾਂ 'ਤੇ ਸਪੈਸ਼ਲ ਪਾਈ ਵੀ ਸੀ ਵੀ ਬਾਈ ਹੁਰੀ ਆਪ ਤਿਆਰ ਕਰ ਰਹੇ ਹੈਗੇ ਬਿਲਕੁਲ ਜੀ ਅੱਛਾ ਹੱਥ ਨਾਲ ਹੀ ਘੋਗਦਾ ਬਾਈ ਇਹਨਾਂ ਵਾਲਾ ਹਨਾ ਆਹ ਦੇਖ ਲਓ ਮਤਲਬ ਕੋਈ ਵੀ ਗੇਅਰ ਮੰਨ ਲਓ ਤੁਸੀਂ ਆ ਕੇ ਹੱਥ ਨਾਲ ਘਵਾ ਕੇ ਦੇਖ ਲਓ ਬਿਲਕੁਲ ਬਿਲਕੁਲ ਜੀ ਬਿਲਕੁਲ ਸੋ ਬਾਈ ਇੰਨਾ ਕੰਮ ਰੈਲਾ ਚੱਲਦਾ ਤੇ ਮਿੱਤਰੋ ਇਹਨਾਂ ਦੀ ਨਾ ਜਿਹੜੀ ਬਾਈ ਹੋਰਾਂ ਦੀ ਲੋਕੇਸ਼ਨ ਆਗੀ ਮੈਂ ਤੁਹਾਨੂੰ ਸੋਹਲ ਐਗਰੋ ਇੰਡਸਟਰੀ ਵਾਲਿਆਂ ਦੀ ਲੋਕੇਸ਼ਨ ਦਿਖਾ ਦਿੰਦਾ ਵੀ ਧਨੌਲੇ ਦੇ ਵਿੱਚ ਕਿੱਥੇ ਜੇ ਪੈ ਜਾਂਦੀ ਆ ਬਾਈ ਧਨੌਲੇ ਦੇ ਵਿੱਚ ਮੁੰਡਿਆਂ ਵਾਲੇ ਸਕੂਲ ਦੇ ਜਮਾਂ ਨਾਲ ਲੱਗਵੀਂ
गली दे विच है ते जिहड़ी गऊशाला की गऊशाला दे नाल एक बंद पेट्रोल पंप पिया गा बहुत पुराना मान लो धरोले विच गऊशाला गऊशाला दे सामने जावां ना सोहल एग्रो इंडस्ट्री आ जांदी है कि धरोले दी ते इत्थे आ के तुसीं बाई होरां नाल संपर्क कर सकदे हो ते आ इन्हां नंबर ने 98725-54263 94-630-93-31 98-763-48-430